ਆਵਣਾ ਹੈ। ਅਸਲਾਮ ਵਾਲੇਕੁਮ, ਤੁਸੀਂ ਕਿਵੇਂ ਆਏ ਵਦੇ ਹੋ? ਡਾਕਟਰ ਸਾਹਿਬ ਖਰੀਅਤ ਹੈ। ਤੂੰ ਕਿੰਨ ਤੇ ਆਵਣਾ ਹੈ? ਬਸ ਕੋਹਾਂ ਨਹੀਂ ਜਦ ਤੱਕ ਮੈਂ ਤਾਂ ਦਮਾਦੇ ਨਹੀਂ ਆਵੇ ਪਾਣੀ। ਤੂੰ ਹੈ ਪਲੀਤ ਤੇ ਕੋਈ ਧਵੇਂ ਨੇ ਐਸਾ ਹੀ ਤਾਈ। ਕੀ ਖਿਆਲ ਹੈ? ਤੇਰੀ ਆਖਰੀ ਆਤਮਾ ਕੋ ਸ਼ਾਂਤੀ ਦੇਨੇ। ਉਸਤਾਦ ਜੀ ਕੀ ਖਿਆਲ ਹੈ? ਆ ਤਾਂ ਬਣੇ ਹੈ ਮਾਰੇ ਖਾਲੇ ਕੋ ਗੁਸਲ ਦੇਉਂ ਦਾ ਚਾ। ਹਾਂ ਨਾ ਉਸਤਾਦ, ਮੰਗ ਤੁਸੀਂ ਕੱਬਾ ਸਾਜੀ ਦੀ ਮੈਂ ਪੁਰਾਣ ਪਾਣੀ ਪੜਦਾ ਸਜਣ ਪਾਣੀ ਹੁੰਤੇ ਆਇਆ ਤਾਂ ਹੁੰਤੇ ਚੱਕਾ ਹਰਾਮੀ ਤੇ ਕੋ ਹੱਥਾਂ ਦਾ ਬੁੱਝਾ ਲਾਂਤੀ ਆ। ਦਰਿਆ ਦੇ ਪਾਣੀ ਦੀ ਘੁਮਰ ਘੇਰ ਦੇ ਕੇ ਸਾਹਮਣੇ ਉੱਥਾ ਲੱਗਦਾ ਪੀਏ, ਉੱਥਾ ਰੁੱਖ ਤਬਦੀਲ ਕਰਕੇ ਤੇ ਵਤਨ ਤੇ ਆਉਂਦਾ ਪੀਏ। ਪਹਿਲੇ ਦੇਖਤੇ ਪਾਣੀ ਦਾ ਘੁਮਰਾ ਦੇਖ, ਪਾਣੀ ਦਾ ਘੁਮਰਾ ਦੇਖ, ਇੱਕ ਦੋ ਤਰੇ ਚਾਰ ਪੰਜ ਘੁਮਰੇ, ਛੀ ਸੱਤ ਅੱਠ। ਅਗਰ ਇਹਦੇ ਵਿੱਚ ਕਸ਼ਤੀ ਵੀ ਆ ਗਈ ਹੈ ਨਾ, ਇਹ ਕਸ਼ਤੀ ਕੋ ਵੀ ਤਬਾਹ ਬਰਬਾਦ ਕਰਕੇ ਰੱਖ ਸਕਦਾ। ਘੁਮਰ ਘੇਰੇ ਜਿਹੜਾ ਇਹ ਜਿਹੜਾ ਪਰਲਾ ਇਲਾਕਾ ਹੈ ਨਾ, ਸਾਰਾ ਇੱਕੇ ਪਿੱਕੇ ਦਾ ਇਲਾਕਾ, ਉਹ ਦਰਿਆ ਦੇ ਪਰਲੇ ਪਾਸੋਂ ਜਾਣਾ ਸਾਦਾ ਦੇ ਵਿੱਚ ਦਰਖ ਮਰੇ ਨੇ, ਬਿਲਕੁਲ ਫਾਈਨਲ ਸਟੇਜ ਦੇ ਉੱਤੇ ਪਹੁੰਚ ਗਏ ਹੈ। ਅੱਗੋਂ ਸਾਰਾ ਦਰਿਆ ਹੈ। ਅਸਲਾਮੁਅਲੈਕੁਮ ਦੋਸਤੋ, ਅੱਜ ਅਸੀਂ ਵਹਿੰਦੇ ਪਏ ਹਾਂ ਸਾਡੇ ਇੱਕ ਦੋਸਤ ਦੇ ਦਰਿਆ ਸਿੰਧ ਦੀ ਜਿਹੜੀ ਉਰਲੀ ਮਣ ਹੈ ਨਾ, ਇਹਦੇ ਬਿਲਕੁਲ ਕਰੀਬ ਘਰ ਹੈ ਅਤੇ ਉੱਥਾਂ ਉਹਨਾਂ ਦੀ ਵਾਲਦਾ ਦੀ ਡੈਥ ਹੋ ਗਈ ਹੈ 6 ਮੁਹਰਮ ਤੋਂ। ਤਾਂ ਮੈਂ ਕੱਲ੍ਹ ਇਤਲਾਹ ਮਿਲੀ ਅਤੇ ਉਹਨਾਂ ਦੀ ਅੱਜ ਗੁਲਖਾਨੀ ਹੈ, ਉੱਥਾਂ ਵਹਿੰਦੇ ਪਏ ਗੁਲਖਾਨੀ ਦਾ ਸਿੰਧ ਕੇ ਸੂ ਅਤੇ ਨਾਲ ਨਾਲ ਤੁਹਾਨੂੰ ਦਰਿਆ ਸਿੰਧ ਦੇ ਵਿੱਚ ਅੱਜ ਕੱਲ੍ਹ ਫਲੱਡ ਆਇਆ ਹੋਇਆ ਤਾਂ ਅਮਲ ਸਿਚੁਏਸ਼ਨ ਵੀ ਤੁਹਾਨੂੰ ਸ਼ੇਅਰ ਕਰੇ ਸੂ ਸਾਰੇ ਨਾਲ ਰਹੋ। ਪਹੁੰਚ ਗਏ ਇਹ ਸਾਹਮਣੇ ਡੇਰੇ ਮੇਰੇ ਯਾਰ ਦਾ, ਇਹ ਸਾਹਮਣੇ ਗੁਲਖਾਨੇ ਇੱਥੇ ਹੈ। ਅੱਛਾ ਵਿਊਅਰ, ਗੁਲਖਾਨੇ ਅਸਾਂ ਭੁਗਤਾ ਕੇ ਦੀਏ ਅਤੇ ਅਸਾਂ ਉਹਨਾਂ ਕੋਲ ਅਫਸੋਸ ਵੀ ਕਰ ਕੇ ਦੇ ਅਤੇ ਹੁਣ ਮੇਰੇ ਬੇਟੇ ਦੀ ਫਰਮਾਇਸ਼ ਹੈ ਕਿ ਮੈਂ ਦੇਖਣਾ ਦਰਿਆ ਸਿੰਧ ਔਰ ਉਹਦਾ ਜਿਹੜਾ ਸੁਪਰ ਬੰਦ, ਤਾਂ ਅਸਾਂ ਜੁਲਦੇ ਪਏ ਹਾਂ ਉੱਤਾਂ ਦਰਿਆ ਸਿੰਧ ਦੇ ਉੱਤੇ, ਤੋਂ ਤਾਂ ਕੁੜੀ ਖੇਂਦੇ ਹਾਂ। ਇਹ ਦਰਿਆ ਸਿੰਧ ਦਾ ਸੁਪਰ ਬੰਦ ਹੈ, ਉਹਦੇ 'ਤੇ ਚੜ੍ਹਾਈ ਚੜ੍ਹਦੇ ਪਏ ਸਾਂ ਅਤੇ ਹੁਣ ਇਹ 2 ਮਿੰਟਾਂ ਦੇ ਵਿੱਚ ਸਾਹਮਣੇ ਦਰਿਆ ਸਿੰਧ ਹੋ ਸੀ ਤੁਹਾਡੇ, ਤਕਰੀਬਨ ਚੜ੍ਹਾਈ ਅਸਾਂ ਚੜ੍ਹ ਚੁੱਕੇ ਹਾਂ। 1 2 3 ਦੋਸਤੋ, ਇਹ ਹੈ ਦਰਿਆ ਸਿੰਧ। ਪਾਕਿਸਤਾਨ ਦਾ ਸਭ ਤੋਂ ਲੰਬਾ ਔਰ ਸਭ ਤੋਂ ਚੌੜਾ ਦਰਿਆ ਸਿੰਧ। ਇਹਦਾ ਪੇਟਾ ਜਿਹੜਾ ਹੈ ਨਾ, ਬਹੁਤ ਜ਼ਿਆਦਾ ਹੈ ਔਰ ਇਹਦੇ ਵਿੱਚ 2.5 ਲੱਖ ਤੋਂ 12 ਲੱਖ ਕਿਊਸਿਕ ਪਾਣੀ ਸਮਾਉਣ ਦੀ ਇੱਕ ਕੈਪੈਸਿਟੀ ਹੈ ਔਰ ਇਹਦੇ ਵਿੱਚ ਛੋਟਾ ਮੋਟਾ ਫਲੱਡ ਜਿਹੜਾ ਹੈ ਨਾਲ ਦੀਆਂ ਵਾਦੀਆਂ ਕੋ ਮੁਤਾਸਰ ਨਹੀਂ ਕਰੇਂਦਾ। ਇਹ ਸੁਪਰ ਬੰਦ ਹੈ, ਇਹ ਪ੍ਰੋਟੈਕਟਿਵ ਬੰਦ ਹੈ ਸਾਰੇ ਬੱਖਰ ਵਾਸਤੇ, ਤਾਂ ਕਿ ਜਿਸ ਟਾਈਮ ਫਲੱਡ ਜ਼ਿਆਦਾ ਥੀਵੇ ਤਾਂ ਅਸਾਂ ਮਹਿਫੂਜ਼ ਰਹਿ ਸਕੋ। ਅੱਛਾ ਦੋਸਤੋ, ਹਕੂਮਤ ਪੰਜਾਬ ਦੀ ਤਰਫੋਂ ਇਹ ਬਿਲਡਿੰਗ ਬਣਾਈ ਗਈ ਹੈ, ਇੱਥਾਂ ਰੈਸਕਿਊ ਔਰ ਬਾਕੀ ਜਿਤਨੇ ਮਹਿਕਮੇ ਹਨ ਫਲੱਡ ਦੀ ਨਿਗਰਾਨੀ ਕਰਨ ਵਾਲੇ ਇੱਥਾਂ ਰਹਿੰਦੇ ਹਨ ਔਰ 24 ਘੰਟੇ ਫਲੱਡ ਦੇ ਪੀਰੀਅਡ ਦੇ ਵਿੱਚ ਨਿਗਰਾਨੀ ਕਰੇਂਦੇ ਹਨ। ਇਹ ਸਾਹਮਣੇ ਦਾ ਤੁਹਾਨੂੰ ਮੈਂ ਦਿਖੇਂਦਾ ਪਿਆ ਮਾਹੌਲ ਕਿ ਪਾਣੀ ਕਿਤਨਾ ਔਰ ਦਰਿਆ ਦੀ ਚੌੜਾਈ ਦੇਖੋ, ਭਰੂਕੇ ਪੀਕੇ ਉਹਦੀ ਸਾਈਡ 'ਤੇ ਪੰਜਾਬ ਹੈ ਔਰ ਇਹ ਪੰਜਾਬ ਦੀ ਸਾਈਡ ਹੈ। ਦੇਖੋ ਕਿਤਨੀਆਂ ਸਰ ਸਬਜ਼ ਫਸਲਾਂ ਔਰ ਖੂਬਸੂਰਤ ਜਿਹੇ ਦਰਖਤ ਮੌਜੂਦ ਹਨ। ਮੰਜੀ ਵਧੀਆ ਵਿਚਰ ਦੀਆਂ ਮੰਜੀ ਉਤਰਾਂ ਵਾਲਾ ਲਾਲਾ ਸਲਾਮ ਠੀਕ ਗਿਆ ਭਾਈ, ਔਖਾ ਵਧ ਹੈ।
ਅਸਲਾਮ ਅਲੈਕੁਮ ਦੋਸਤੋ, ਅੱਜ ਤੁਹਾਡਾ ਭਰਾ ਆਪਣੇ ਬੇਟੇ ਮੁਹੰਮਦ ਆਤਿਫ ਦੇ ਨਾਲ ਦਰਿਆਏ ਸਿੰਧ ਦੇ ਸੈਂਟਰ ਦੇ ਵਿੱਚ ਖੜ੍ਹੇ। ਤੁਸੀਂ ਆਖੋ ਸੈਂਟਰ ਦੇ ਵਿੱਚ? ਜੀ ਹਾਂ, ਬਿਲਕੁਲ ਸੈਂਟਰ ਦੇ ਵਿੱਚ ਖੜ੍ਹੇ। ਯਕੀਨ ਨਾ ਆਵੇ ਤਾਂ ਕੋਈ ਲਿਖੇ ਨਾ। ਇਹ ਦੇਖੋ ਪਾਣੀ ਹੈ, ਇਹ ਦੇਖੋ ਪਾਣੀ ਹੈ, ਇਹ ਦੇਖੋ ਪਾਣੀ ਹੈ, ਚਵਾਂ ਪਾਸੋਂ ਪਾਣੀ ਹੈ। ਇਹ ਦਰਿਆਏ ਸਿੰਧ ਹੈ ਜੀ, ਥੋੜ੍ਹੀ ਥੀ ਇਹਦਾ ਗੁੰਬਰ ਘੇਰ ਦੇ, ਗੁਮਰ ਦੇਖ ਦਰਿਆ ਦੀ ਇਹਨੂੰ ਆ ਕੇ ਕਿਛ ਨਹੀਂ ਵੱਜਦੇ ਥੇ ਵਧਣ ਪੁੱਤਰ। ਦਰਿਆ ਦੇ ਪਾਣੀ ਦੀ ਗੁਮਰ ਘੇਰ ਦੇਖੇ ਸਾਹਮਣੇ, ਉੱਥਾਂ ਲੱਗਦਾ ਪੀਏ, ਉੱਥੇ ਰੁੱਖ ਤਬਦੀਲ ਕਰਕੇ ਅਤੇ ਵਤਨ 'ਤੇ ਆਉਂਦਾ ਪੀਏ। ਇਹ ਜਿਹੜਾ ਪਰਲਾ ਇਲਾਕਾ ਹੈ ਨਾ ਸਾਰਾ, ਇਹ ਕੇ ਪੀ ਕੇ ਦਾ ਇਲਾਕਾ, ਉਹ ਦਰਿਆ ਦੇ ਪਰਲੇ ਪਾਸੋਂ ਇਹ ਸਾਰੇ ਪੱਥਰ ਲੱਗੇ ਹੋਏ ਨੇ ਇੱਥਾਂ। ਹਾਂ, ਅਤੇ ਸੁਪਰ ਸਾਰਾ ਇਹ ਹੈ ਨਾ, ਉਹਨਾਂ ਦਾ ਬੰਨ ਪਰੂਕ ਹੋਣੀ ਨਾ ਮੇਰੇ ਖਿਆਲ। ਦੇਖੋ ਸੁਰਾਖ ਦੇਖੋ, ਥੱਲੇ ਦੇਖਤੇ ਪਾਣੀ ਦਾ ਘੁੰਮਰਾ ਦੇਖ, ਪਾਣੀ ਦਾ ਘੁੰਮਰਾ ਦੇਖ, ਇੱਕ ਦੋ ਤਰੇ ਚਾਰ ਪੰਜ ਘੁੰਮਰੇ, ਛੀ ਸੱਤ ਅੱਠ। ਅਗਰ ਇਹਦੇ ਵਿੱਚ ਕਸ਼ਤੀ ਵੀ ਆ ਗਈ ਹੈ ਨਾ, ਇਹ ਕਸ਼ਤੀ ਕੋ ਵੀ ਤਬਾਹ ਬਰਬਾਦ ਕਰਕੇ ਰੱਖ ਸਕਦਾ ਘੁੰਮਰ ਘੇਰੇ ਜਿਹੜਾ। ਹਾਂ, ਇਹ ਬਹੁਤ ਵੱਡਾ ਦਰਿਆ ਹੈ, ਪਾਕਿਸਤਾਨ ਦਾ ਸਭ ਤੋਂ ਬੜਾ ਦਰਿਆ ਹੈ। ਮੈਂ ਖਾਣਾ ਟੀ ਦੇ ਉੱਤੇ ਅਤੇ ਚਵਾਂ ਪਾਸੋਂ ਪਾਣੀ ਹੈ, ਤੋ ਮੈਂ ਥੋੜ੍ਹਾ ਜਿਹਾ ਮੰਜ਼ਰ ਦਿਖਾਏ। ਸਾਹਮਣੇ ਵੀ ਇੱਕ ਟੀ ਹੈ, ਇੱਥਾਂ ਮੁੱਕਦੀ ਪਈ ਹੈ। ਇਹਨੂੰ ਵਾਲਾ ਪਾਣੀ ਸਾਕੇਤ ਸਕੂਨ ਨਾਲ ਖੜ੍ਹਾ, ਇਹਨੂੰ ਵਾਲਾ ਪਾਣੀ ਰਵਾਂ ਦਵਾਂ ਹੈ। ਇਹ ਪਾਣੀ ਨੂੰ ਸਿੱਧਾ ਆਉਂਦਾ ਪੀਏ, ਇਹਦਾ ਰੁੱਖ ਵਾਹੁਣ ਵਾਸਤੇ ਨਾ, ਇਹ ਸਾਹਮਣੇ ਜਿਹੜਾ ਨਾ ਬੰਜ ਟਾਈਪ ਬੱਧ ਹੈ, ਅਤੇ ਇੱਥਾਂ ਪਾਣੀ ਟਕਰਾ ਕੇ ਅਤੇ ਵੱਧ ਪਾਣੀ ਦਾ ਰੁੱਖ ਇਹਨਾਂ ਤਬਦੀਲ ਕੀਤਾ। ਉਹ ਸਾਹਮਣੇ ਸਾਰਾ ਸੁਪਰ ਬੰਦ ਤੋਂ ਸ਼ਾਇਦ ਨਜ਼ਰ ਆਉਂਦਾ ਪੀਏ, ਤੋ ਮੈਂ ਕਲੋਜ਼ ਵਿਊ ਲਿਖਿਆ ਨਾ, ਇਹ ਸਾਹਮਣੇ ਸੁਪਰ ਬੰਦ ਹੈ ਸਾਰਾ, ਤਕਰੀਬਨ ਇੱਥੋਂ ਅੱਧਾ ਮੁੰਨਾ ਕਿਲੋਮੀਟਰ ਦੂਰ ਹੈ। ਅਤੇ ਇਹ ਹੈ ਦਰਿਆ ਦਾ ਰੁੱਖ, ਇੱਥੋਂ ਪਾਣੀ ਟਕਰਾ ਕੇ ਅਤੇ ਇੰਤਵਾਂ ਦਾ ਪੀਏ, ਤਾਂ ਦਰਿਆ ਦਾ ਰੁੱਖ ਇਹਨਾਂ ਤਬਦੀਲ ਕੀਤਾ ਅਤੇ ਜੁਲਦੇ ਆ ਤਾਂ ਕੋਈ ਅੱਗਾਂ ਲਿਖੇ ਨੇ ਇਹ ਨਾ। ਇੱਥਾਂ ਪਾਣੀ ਕਿਉਂਕਿ ਖੜ੍ਹਾ ਹੋਏ ਤਾਂ ਇਹ ਜਹਾਜ ਦੇ ਉੱਤੇ ਨਾ ਮੱਛੀ ਬਹੁਤ ਵਾਫਿਰ ਮਿਕਦਾਰ ਹੀ ਛੋ ਸੀ, ਲੇਕਿਨ ਇੱਥਾਂ ਠੇਕੇਦਾਰੀ ਨਿਜ਼ਾਮ ਹੈ ਨਾ, ਤਾਂ ਇਹ ਬੰਦਿਸ਼ ਥਈ ਪਈ ਹੈ, ਤਾਂ ਕੋਈ ਸ਼ਿਕਾਰ ਨਹੀਂ ਕਰ ਸਕਦਾ। ਮੇਰੇ ਖਿਆਲ ਲੱਗਾ ਜਦੋਂ ਅੱਗਾਂ ਚਲੀਏ, ਅੱਗਾਂ ਜੁਲਦੇ ਹਾਂ। ਇਹ ਇੱਥਾਂ ਵੰਜ ਕੇ ਅੱਗੋਂ ਖਤਮ ਥੀ ਵੈਂਦਾ, ਇਹ ਸਿਰਫ ਰੁੱਖ ਮੈਂ ਖਿਆਲ ਤਬਦੀਲ ਕਰਨ ਵਾਸਤੇ ਦਿੱਤੀ ਨੇ। ਹਾਂ, ਅੱਛਾ ਉਹ ਤਾਂ ਢਹਿ ਗਈ ਹੈ, ਇਹ ਸਾਹਮਣੇ ਵਾਲੀ ਢਹਿ ਗਈ ਹੈ, ਉਹ ਸਾਹਮਣੇ ਨਿਸ਼ਾਨ ਦੀ ਹੈ। ਇਹ ਦਰਿਆ ਗਿਣ ਗਈ ਹੈ ਅਤੇ ਵੱਧ ਹੁਣ ਉਹਦੇ ਬਦਲੇ ਇਹ ਬੱਧੀ ਨੇ, ਮਾਸ਼ਾ ਅੱਲਾਹ।
ਅਸਲਾਮ ਵਾਲੇਕੁਮ ਓਏ ਆਵਣਾ ਅਸਲਾਮ ਵਾਲੇਕੁਮ ਤੂੰ ਤਾਂ ਕਿਵੇਂ ਆਇਆ ਵਦੇ ਡਾਕਟਰ ਸਾਹਿਬ ਖਰੀਆ ਤੇ ਤੂੰ ਕਿੰਨ ਤੇ ਆਵਣਾ ਤੂੰ ਹੈ ਪਲੀਤ ਤੇ ਕੋਈ ਧਵੇਂ ਨੇ ਸਹੀ ਥਾਈ ਤੇਰੀ ਆਖਰੀ ਆਤਮਾ ਕੋ ਸ਼ਾਂਤੀ ਦੇ ਨੇ ਤੇ ਜਿਵੇਂ ਤੇ ਕੋ ਸ਼ਾਦੀ ਨਹੀਂ ਸੀ ਬਿਹਤਰ ਤੇ ਦਰਕ ਮਾਰ ਚੋੜ ਵਿੱਚ ਖੁਦਾ ਦਾ ਖੌਫ ਕਰੋ ਬੜਾ ਹਜ਼ਾਰ ਕੋ ਹੱਥ ਮਾਰ ਬੰਦਾ ਬਣ ਤੂੰ ਤੇ ਜਿਨ ਨਾ ਤੇਰੀ ਰਨ ਨਾ ਤੇਰਾ ਹੈ ਪਿਓ ਤੇ ਨਾ ਤੇਰੀ ਮਾਂ ਪਹਿਰਾ ਤਾਂ ਵੱਲੀ ਵਾਰਿਸ ਹੈ ਕੋ ਨਾ ਤੇ ਅਸਾਂ ਅੱਲਾ ਖੈਰ ਕਰੇ ਹੈ ਨਹੀਂ ਤੇ ਤੇਰੇ ਘਰ ਇੱਕ ਵਾਰ ਓਏ ਇੱਕ ਵਾਰ ਬਾਰਿਸ਼ ਆਈਏ ਪਾਣੀ ਖੜਦਾ ਕੜਾਈ ਘਰੋਂ ਤਾਂ ਕਿ ਅੱਲਾ ਸਹੀ ਆ ਕਿ 25 ਸਾਲ ਬਾਰਿਸ਼ ਨਾ ਆਵੇ ਲਾਨਾ ਤੋਂ ਵੀ ਕਿ ਹਾਂ ਬਸ ਦੋ ਹੀ ਕਰਨ ਦਾ ਖਾਣਾ ਅੱਲਾ ਕੇ ਦੇਖੋ ਏ ਸੈਡਾ ਸੈਡਾ ਤੇ ਨਾ ਮਜਾਏ ਖੁਦਾ ਅੱਲਾ ਖੌਫ ਕਰੇ ਪਾਣੀ ਸਰ ਚੰਗਾ ਬੱਲਾ ਹੈ ਪੰਜ ਤੋਂ ਉੱਤੇ ਪੰਜ ਲੱਖ ਤੋਂ ਪੰਜ ਤੋਂ ਉੱਤੇ ਹੈ ਪੰਜ ਲੱਖ ਤੋਂ ਕਦਾ ਮੂੰਹ ਦੇ ਵਿੱਚ ਕੋਈ ਚੰਗੀ ਗਾਲ ਹੀ ਕੱਢੀ ਕਰ ਚੌਵੀ ਘੰਟੇ ਤੂੰ ਬੜਾ ਕਿ ਕਰੇ ਸੁਣੇ ਜੀ ਉਹ ਕਬਾਰੀ ਗਈ ਪਈ ਉਹ ਕੋਨਾ ਪੁਣੋ ਉਹ ਕੋਨਾ ਪੁਣੋ ਇਹ ਜਾਏ ਵੀ ਉਹ ਸਹੀ ਥਾ ਜਾਸੇ ਆਤਿਫ ਇਹ ਇੱਕ ਦਰਿਆ ਗਿਣ ਗਏ ਹਾਂ ਸਾਹਮਣੇ ਵਾਲੀ ਇੱਕ ਦਰਿਆ ਗਿਣ ਗਏ ਹੈਂ ਵੱਡੀ ਸਾਰੀ ਟੀ ਆਈ ਸਹੀ ਹੈ ਹਾਂ ਗਿਣ ਗਏ ਦਰਿਆ ਇਸ ਹੁਣ ਦਰਿਆ ਦੇ ਬਿਲਕੁਲ ਜੋ ਵਿੱਚ ਆਇਆ ਖਣੇ ਸੈਂਟਰ ਦੇ ਵਿੱਚ ਕਿ ਨਹੀਂ ਸਹੀ ਦਰਿਆ ਸੈਂਟਰ ਦਿਲ ਹੈ ਦਰਿਆ ਦਾ ਉਹ ਸਾਹਮਣੇ ਕਹਾ ਵੈਂਦਾ ਪਿਓ ਏ ਇੱਕ ਵਾਰ ਦਿਨ ਸ਼ੇਰ ਦਰਿਆ ਦਰਿਆ ਸਿੰਧ ਕੂ ਸ਼ੇਰ ਦਰਿਆ ਔਰ ਲੰਬਾਈ ਦੇ ਹਿਸਾਬ ਨਾਲ ਚੌੜਾਈ ਦੇ ਹਿਸਾਬ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਦਰਿਆ ਹੈ ਹੈਂ ਉਹ ਘੁੰਮਰ ਘੇਰਾ ਦੇਖੋ ਦਰਿਆ ਦੇ ਵਿੱਚ ਮੈਂ ਤਾਂ ਆਦਾ ਉਸਤਾਦ ਜੀ ਤੇ ਕਿਸੇ ਉਸਲ ਦਿੱਤੀ ਵਜੂ ਬੰਦੇ ਅਸਾਂ ਤਰੇ ਇਕੱਠੇ ਦੀ ਗਏ ਸ਼ਾਣਾ ਦੇ ਮਤਾ ਤੇਰਾ ਕੋਈ ਸ਼ਾਦੀ ਦਾ ਬੰਦੋਬਸਤ ਥੀਂਦਾ ਹੋਵੇ ਕਿਕਰੇ ਸਹੀ ਉਸਤਾਦ ਜੀ ਕੀ ਖਿਆਲ ਹੈ ਆ ਤਾਂ ਬਣੇ ਹੈ ਮੇਰੇ ਖਾਲੇ ਕੋ ਉਸਲ ਦੇ ਹੁੰਦਾ ਚਾ ਉਸਤਾਦ ਮੰਗ ਤੁਸੀਂ ਕੱਬਾ ਮੈਂ ਕੁਰਾਨ ਪਾਣੀ ਪੜਦਾ ਸਜਣ ਪਾਣੀ ਹੁੰਦੇ ਆ ਤਾਂ ਹੁੰਦੇ ਚੱਕਾ ਹਰਾਮ ਤੇ ਕੋ ਤੂੰ ਹੱਥਾਂ ਦਾ ਬੁੱਝਾ ਲਾਂਤੀਆ ਚੰਗੀਆਂ ਤੂੰ ਹੀ ਮੰਗਦਾ ਖਾਣਾ ਤੂੰ ਹੀ ਅਸਲ ਗੱਲ ਇਹ ਆ ਤੇ ਨਾ ਮੈਂ ਪਰਨਾ ਹੋਇਆ ਨਾ ਮੇਰਾ ਪਿਓ ਨਾ ਮਾਂ ਸਾਰੇ ਇੱਕੋ ਜਿਹੇ ਥੀ ਵਜੋ ਡਾਕਟਰ ਜ਼ਮੀਨਾਂ ਸੜੀਆਂ ਪੈਣ ਤੇ ਪੱਤੇ ਵਾ ਅਸਲ ਡਾਕਟਰ ਸਾਹਿਬ ਨੂੰ ਪੱਤੇ ਵੀ ਮੇਰੀ ਕਬਰ ਕੋ ਜੜਾ ਨਾ ਸ਼ਾਂਤੀ ਆ ਹਾਂ ਇਹ ਕਿਰਾਣਾ ਵਾਂਗੂ ਨਾ ਸ਼ਾਂਤੀ ਮੰਗਦਾ ਵਾ ਕਿਰਾਣਾ ਵਾਂਗੂ ਸ਼ਾਂਤੀ ਮੰਗਦਾ ਵਾ ਸ਼ਾਂਤੀ ਹੈ ਕੋ ਨਾ ਇਹ ਬੈਠੇ ਹੀ ਲੁੜਪੜ ਬਣੇ ਬਸ ਬਸ ਹੁਣ ਅੱਗਾ ਠੀਕ ਕਿ ਨਾ ਵੰਜੋ ਜੋ ਅੱਲਾ ਮਾਫ ਕਰੇ ਕਿ ਨਹੀਂ ਪੱਠੇ ਨਾ ਥਾਏ ਪਾਉਂ ਬਿਲਕੁਲ ਫਾਈਨਲ ਸਟੇਜ ਦੇ ਉੱਤੇ ਪਹੁੰਚ ਗਏ ਹੈ ਅੱਗੂ ਸਾਰਾ ਦਰਿਆ ਹੈ ਦਰਿਆ ਸਿੰਧ ਦੇ ਕੋ ਆਮ ਦਰਿਆ ਨਹੀਂ ਇਹ ਕੋ ਸ਼ਾਂਤੀ ਆ ਸੀ ਤੇਰੇ ਇਲਾਕੇ ਚ ਬਰਬਾਦ ਥੀਵੇਂ ਤੂੰ ਤਖਤਾ ਕਢਵੇ ਸੇ ਸਾਰਾ ਜਿਵੇਂ ਤੈਰੀ ਦੀ ਆਤੇ ਤੂੰ ਸਾਰਾ ਤਖਤਾ ਕਢਵੇ ਸੇ ਇੱਥਾਂ ਸਾਰਾ ਇੱਥਾਂ 300-400 ਫੁੱਟ
ਆਖੋ ਤਾਂ ਤਸਲੀਮ ਥੀਂਦਾ ਕਿਉਂਕਿ ਦਰਿਆ ਨਹੀਂ ਹੈ ਬਲਾਂ ਹੈ ਮੇਰੇ ਖਿਆਲ ਜੁਲੂ ਨਹੀਂ ਹੈ ਹਾਂ ਦੇਖੋ ਸਰ ਦੇਖੋ ਇਵੇਂ ਗਾਲ ਹੈ ਸਹੀ ਮੈਂ ਗਾਲ ਹੈ ਛੋੜ ਦਿਓ ਹਾਂ ਵੈਸੇ ਜਾਇਜ਼ ਇਹ ਬੰਦਾ ਜਿਹੜਾ ਨਾ ਖਰਾਬਤ ਕੀਤੀ ਵਧਾ ਹੈ ਉੱਥੋਂ ਮੋਟਰਸਾਈਕਲ 'ਤੇ ਬਲੇ ਦਿਆਂ ਅਤੇ ਕੁਛ ਛੋੜ ਦੇਣੇ ਆਪੇ ਡਿੱਠੀ ਵੇ ਸੀ ਵੱਤ ਅਤੇ ਕੂਲੀ ਤੁਸਾਂ ਕਰੇ ਸੋ ਸਤਿ ਸ਼੍ਰੀ ਅਮਰੋਜ਼ ਖਾਨ ਕੂਲੀ ਇਹ ਕਰੇ ਸਨ ਅੱਛਾ ਖਿਆਲ ਕਰਾਇਆ ਮਤਲਬ ਪੇਅਰ ਸਲਿਪ ਥੀ ਉਹਨੇ ਅੱਛਾ ਗੰਦੀਆਂ ਗੱਲ ਹੀ ਨਾ ਗੰਦੀਆਂ ਗੱਲ ਹੀ ਨਾ ਅੱਛਾ ਅੱਛਾ ਗੱਲ ਨਹੀਂ ਕਰੋ ਉਹ ਇਹ ਜੇ ਠੀਕ ਲਾਂਤੀ ਗੁਜ਼ਰ ਗਏ ਲਗੇ ਦਰਿਆਵਾਂ ਗਵਾ ਦੇ ਤੂੰ ਬੇਹਜਾ ਬੇਸ਼ਰਾਂ ਮੇਂ ਜਿਹੜੇ ਗਾੜੀ 'ਚ ਵੜਿਆ ਨਾ ਪਿੱਛੇ ਦੇੜੀਆਂ ਲੁੱਟਦੀਆਂ ਵਧੀਆਂ ਨੇ ਨਾਲ ਜੁਲਦੇ ਤਾਂ ਗਿਨ ਜੁਲਦੇ ਜੋ ਮਰਨ ਦਾ ਪ੍ਰੋਗਰਾਮ ਇੱਥੇ ਹੀ ਵੀ ਤਾਂ ਤੇਰੀ ਮਰਜ਼ੀ ਦੀ ਗੱਲ ਹੈ ਕਿਹੜੀ ਸ਼ਾਇਦ ਚੱਲ ਠੀਕ ਹੈ ਯਾ ਨਬੀ ਯਾ ਅਸਲਾਮੁ ਅਲੈਕੁਮ ਦਰਿਆ ਦੀ ਸੈਰ ਕੋ ਆਏ ਵਦੇ ਵੇ ਸੱਲੂ ਅਲੈ ਇਵਾਲਹੀ ਤੂੰ ਕੁਦਾ ਮੈਂ ਕੁਦਾ ਤੂੰ ਕੁਦਾ ਮੈਂ ਕੁਦਾ ਸੱਲਿਆਲਾ ਤੂੰ ਕੁਦਾ ਮੈਂ ਕੁਦਾ ਉਹ ਖਾਲਿਕ ਨੇ ਆਪਣੇ ਨੂਰ ਕਾ ਜਲਵਾ ਦਿਖਾ ਦਿਆ ਔਰ ਸਭ ਸ਼ਿਕਾਰ ਕਰੇ ਦੇਖ ਨਹੀਂ ਉਹ ਡਿੱਪ ਨਾ ਜੀ ਵਿੱਚ ਗੰਨਾ ਖੜਿਆ ਦਰਿਆ ਦੇ ਵਿੱਚ ਗੰਨਾ ਖੜਿਆ ਇਹਨਾਂ ਮਦਦ ਦਿਖਾ ਔਰ ਇਹ ਵਧੀਆ ਵੇ ਮੰਜੀ ਕਰਦੀਆਂ ਤੇ ਛੇੜ ਪਾਣੀ ਨਾਲ ਖਾਨ ਵਾਲੀ ਸਾਈਡ ਦੇ ਉੱਤੇ ਡੈਸਮਲ ਖਾਨ ਕਾਜਲ ਦੇ ਨਾਲ ਬਣ ਕੇ ਦੰਡੀਏ ਖਾਨ ਆਖਰੀ ਦੀਦਾਰ ਕਰਕੇ ਤੋਂ ਦਰਿਆ ਦਾ ਅੱਛਾ ਦਰਿਆ ਸਿੰਘ ਅਸਲਾਮ ਵਾਲੇਕੁਮ ਦੋਸਤੋ ਹੁਣ ਅਸਾਂ ਰੈਂਪ ਤੋਂ ਲਾਉਂਦੇ ਪਏ ਸੁਪਰ ਬੰਦ ਤੋਂ ਲਾਉਂਦੇ ਪਏ ਅਤੇ ਹੁਣ ਅਸਾਂ ਵਹਿੰਦੇ ਪਏ ਆਪਣੇ ਘਰ ਵਾਲੇ ਪਾਸੇ ਆਪਣੇ ਗਊ ਵਾਲੇ ਪਾਸੇ ਰਸਤੇ ਦੇ ਜਿੰਨੇ ਵੀ ਖੂਬਸੂਰਤ ਮਨਾਜ਼ਰ ਹਨ ਖੂਬਸੂਰਤ ਸੀਨ ਹਨ ਦੋਸਤਾਂ ਨਾਲ ਸ਼ੇਅਰ ਕਰੇ ਸੋ ਵਹਿੰਦੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਸੋ ਸਾਰੇ ਨਾਲ ਰਸ ਤਾਂ ਦੋਸਤੋ ਜਿਹੜੇ ਇਲਾਕੇ ਦੇ ਵਿੱਚ ਅਸਾਂ ਹੋਏ ਵਧੇ ਤਾਂ ਇਹ ਇਲਾਕਾ ਦਰਿਆ ਸਿੰਧ ਦਾ ਬੇਟ ਏ ਬੈਲਟ ਏ ਔਰ ਅੱਜ ਤੋਂ 25-30 ਸਾਲ ਪਹਿਲੇ ਇੱਕ ਜੰਗਲ ਆਈ ਤਾਂ ਬੰਦੇ ਵੀ ਨਜ਼ਰ ਨਹੀਂ ਆਉਂਦੇ ਤਾਂ ਘਰ ਵੀ ਕੋਨੇ ਲਾਉਂਦੇ ਜੰਗਲ ਆਈ ਮਰਾਠੀਆਂ ਦਾ ਤਕੜੀਆਂ ਦਾ ਦਰਖਤ ਹੈ ਲੇਕਿਨ ਹੁਣ ਤੁਸਾਂ ਇਹਦੇ ਪੈਵੇ ਕਿ ਇਜਾਦ ਦੇ ਉੱਤੇ ਚਾਰੋਂ ਸਾਈਡ ਦੇ ਉੱਤੇ ਕਾਸ਼ਤ ਏ ਦਿੱਲੀ ਦੀ ਕਾਸ਼ਤ ਏ ਖੰਨੇ ਦੀ ਕਾਸ਼ਤ ਏ ਔਰ ਹਰ ਇੱਕ ਮਿੰਟ ਬਾਅਦ
ਕੋਈ ਨਾ ਕੋਈ ਗੱਡੀ, ਕੋਈ ਨਾ ਕੋਈ ਮੋਟਰਸਾਈਕਲ, ਸਭ ਕੁਛ ਨਜ਼ਰ ਆ ਸੀ ਆਉਂਦੇ ਵੇਲੇ ਪੈ। ਇਹ ਦੇਖੋ ਇਹ ਬੰਦੇ ਸਫ਼ਰ ਕਰਦੇ ਪੈ ਇਹ ਰੋਡ ਤੋਂ। ਇੱਕ ਟਾਈਮ ਐਸਾ ਵੀ ਹੈ ਇੱਥੋਂ ਦਾ ਬੰਦਾ ਅਤੇ ਦਾ ਬੰਦੇ ਦੀ ਜਾਤ ਨਜ਼ਰ ਆਉਂਦੀ ਹੈ। ਤਾਂ ਦੋਸਤੋ ਉਮੀਦ ਹੈ ਕਿ ਇਹ ਜਿਹੜਾ ਦਰਿਆ ਸੀ ਇਹਦੇ ਤੁਹਾਨੂੰ ਅਸਾਂ ਸੈਰ ਕਰੀਏ, ਘਰ ਬੈਠੇ ਤੁਹਾਨੂੰ ਸੈਰ ਕਰੇ ਸੀ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦੇ ਸੋ, ਸਾਡੇ ਫੇਸਬੁੱਕ ਪੇਜ ਆਰ ਐਫ ਟੈਕ ਦੇ ਤੁਹਾਨੂੰ ਫਾਲੋ ਵੀ ਕਰਦੇ ਸੋ। ਰੋਡ ਖਰਾਬ ਹੈ, ਵੀਡੀਓ ਦੀ ਕੁਆਲਿਟੀ ਜ਼ਰਾ ਖਰਾਬ ਸੀ ਵੇ, ਤਾਂ ਲੜ ਕਰੇ ਸੋ ਸਾਜਤ ਕਰੇ ਨੇ ਅਤੇ ਹੁਣ ਤੁਹਾਡੇ ਪੈਰ ਘਰ ਵਾਲੇ ਪਾਸੇ। ਰਸਤਾ ਦੇ ਪੁੱਤਰ ਜਨਾਬ, ਕੀ ਹਾਲ ਹੈ ਮਲਿਕ ਜੀ, ਖੈਰ ਹੀ ਵੇ, ਤਕੜੇ ਵਧੇ ਹੋ। ਦੋਸਤੋ ਜਾਨਵਰਾਂ ਦਾ ਅਜੋੜ ਦੇਖੋ, ਅੱਛਾ ਦੋਸਤੋ ਅਸਾਂ ਗੁਲਖਾਨੀ ਵੀ ਭੁਗਤਾ ਕੇ ਦੀਏ ਅਤੇ ਦੋਸਤ ਨੂੰ ਉਹਦੀ ਵਾਲਦਾ ਦੀ ਜਿਹੜੇ ਫੌਦਗੀ ਦਾ ਅਫਸੋਸ ਵੀ ਕਰਕੇ ਦੱਸੇ। ਅਸਾਂ ਤੁਸੀਂ ਸਾਰਾ ਦੋਸਤਾਂ ਕੋਲ ਦਰਿਆ ਸਿੰਧ ਦਾ ਮੁਕੰਮਲ ਵਿਲਾਗ ਦਿਖਾ ਦਿੱਤਾ ਸੀ ਵੀ ਅੱਜ ਦਰਿਆ ਦਾ ਚੋਬਨ, ਦਰਿਆ ਦਾ ਰੋਬ, ਦਬਦਬਾ, ਪਾਣੀ ਦਾ ਬਹਾਉ ਕਿਵੇਂ। ਅਗਰ ਅੱਜ ਦੀ ਸਾਰੀ ਕਾਵਿਜ ਅਤੇ ਸਾਰੀ ਵੀਡੀਓ ਤੁਹਾਨੂੰ ਪਸੰਦ ਆਈ ਹੈ ਤਾਂ ਸਾਡੇ ਯੂਟਿਊਬ ਚੈਨਲ ਕੋ ਸਬਸਕ੍ਰਾਈਬ ਚੈੱਕ ਕਰੇ ਸੋ, ਫੇਸਬੁੱਕ ਪੇਜ ਕੋ ਫਾਲੋ ਕਰੇ ਸੋ। ਚਾ ਇਜਾਜ਼ਤ ਦੇ ਸੋ, ਵੱਧ ਮਿਲ ਸੋ ਇੱਕ ਨਵੀਂ ਮੁਹੱਬਤ ਨਾਲ, ਨਵੇਂ ਪਿਆਰ ਨਾਲ, ਨਵੀਂ ਵੀਡੀਓ ਨਾਲ। ਅੱਲਾ ਹਾਫਿਜ਼।